ਵੈਲਕਮ ਟੂ ਪ੍ਰਿਤਪਾਲ ਸਿਆਨਸ ਅਮੀਰ ਐਂਡ ਵਰਲਡ। ਅੱਜ ਦੇ ਪੋਡਕਾਸਟ ਦੇ ਵਿੱਚ ਨੇ ਪ੍ਰਿਤਪਾਲ ਸਿਆਨ ਦੇ ਨਾਲ ਜਗਦੀਪ ਸਿੱਧੂ, ਜਿਨ੍ਹਾਂ ਦੀ ਆਉਣ ਵਾਲੀ ਪਹਿਲੀ ਹਿੰਦੀ ਫਿਲਮ ਬਾਰੇ ਅਸੀਂ ਕਰਨ ਵਾਲੇ ਹਾਂ ਗੱਲਬਾਤ। ਗ੍ਰੈਚੁਲੇਟਿੰਗ ਫੋਰ ਸਾਂਡ ਦੀ ਆਂਖ, ਜਿਸ ਤੋਂ ਸ਼ੁਰੂ ਆਪਾਂ ਸ਼ੁਰੂ ਕੀਤਾ ਸੀਗਾ। ਰਿਮੈਂਬਰ, ਮੈਂ ਤੁਹਾਨੂੰ ਪਹਿਲੀ ਵਾਰ ਟੈਗ ਕੀਤਾ ਸੀਗਾ ਐਂਡ ਦੈਨ ਤੁਸੀਂ ਵਾਪਸ ਰਿਪਲਾਈ ਕੀਤਾ ਸੀਗਾ ਐਂਡ ਜਦੋਂ ਰੀਪੋਸਟ ਕੀਤਾ ਸੀਗਾ। ਆਈ ਟੈਲ ਯੂ, ਮੇਰੀ ਸਟੋਰੀ ਦੀ ਪਹਿਲੀ ਵਾਰ ਇੰਨੀ ਸਾਰੀ ਕੁੜੀਆਂ, ਬਲੂ ਟਿਕ ਵਾਲੀ ਕੁੜੀਆਂ ਨੇ ਦੇਖਿਆ ਹੋਣਾ ਐਂਡ ਮੈਂ ਖੁਦ ਬੜੀ ਹੈਰਾਨ ਸੀ ਕਿ ਕਿਉਂ, ਮਤਲਬ ਮੈਨੂੰ ਪਤਾ ਨਹੀਂ ਸੀਗਾ ਕਿ ਰੀਪੋਸਟ ਸਟੋਰੀ ਹੈ ਕਿ ਤੁਸੀਂ ਕਰ ਦਿੱਤੀ। ਮੈਂ ਇਹ ਨਹੀਂ ਦੇਖਿਆ ਸੀਗਾ, ਬਟ ਉਸ ਤੇ ਮੈਂ ਪਾਵਰ ਦੇਖੇ, ਪਾਵਰ ਆਫ ਅ ਡਾਇਰੈਕਟਰ ਐਂਡ ਰਾਈਟਰ, ਕਿ ਕਿਵੇਂ ਲੋਕੀ ਆਏ ਰੱਖਦੇ ਆ। ਇੱਕ ਬਾਤ ਬਤਾ ਤਾਈ, ਕਿ ਖਾਓ ਤੁਮ ਦੋਨੋਂ, ਨਿਸ਼ਾਨਾ ਬਿਲਕੁਲ ਸਿੱਧਾ ਲਗਾਓ। ਗਾਲੀ ਸਭ ਤੋਂ ਬੜੀ ਸਕਸੈਸਫੁਲ ਮੈਨੂੰ ਲੱਗਾ ਸੀਗਾ ਕਿ ਇਸ ਲਈ ਨਹੀਂ ਚੂਜ਼ ਕੀਤਾ ਗਿਆ ਕਿ ਸਿਰਫ ਪੰਜਾਬੀ ਹੈ ਤਾਂ ਕਿਸੇ ਪੰਜਾਬੀ ਰਾਈਟਰ ਨੂੰ ਬੁਲਾ ਲਓ। ਜੋ ਖੇਲ ਸਭ ਪੈਂਟ ਪਹਿਨ ਕੇ ਖੇਲੇ ਨਾ ਭਾਈ, ਬਾਤ ਤੇ ਜਿਬ ਬਣੇਗੀ ਜਬ ਖਾਗਰੇ ਆਲੀ ਮਾਰੇਗੀ ਨਿਸ਼ਾਨਾ। ਕਿ ਅਨੁਰਾਗ ਕਸ਼ਪ ਇਜ਼ ਨਾਟ ਪੰਜਾਬੀ, ਉਸਨੇ ਪੰਜਾਬੀ ਕੈਰੈਕਟਰਸ ਨੂੰ ਬਹੁਤ ਬ੍ਰਿਲੀਅੰਟਲੀ ਦਿਖਾਇਆ। ਬਹੁਤ ਸਾਰੇ ਲੋਕ ਡਿਨਾਈ ਕਰਦੇ ਪਰ ਬੇਬੀ ਇਜ਼ ਵਨ ਆਫ ਦ ਫਾਈਨੈਸਟ ਫਿਲਮ ਜਿਸਨੇ ਪੰਜਾਬ ਦੇ ਰੋਮਾਂਸ ਨੂੰ ਇਸ ਤਰੀਕੇ ਦੇ ਨਾਲ ਦਿਖਾਇਆ। ਇੰਪੈਕਟ ਸੀਗਾ ਉਹਦੇ ਵਿੱਚ ਕਿ ਦਿੱਲੀ ਦਾ ਟੱਚ ਵਿੱਚ ਸੀਗਾ। ਸਿਮਿਲਰਲੀ ਇਟ ਹੈਪਨਸ ਟੂ ਯੂ ਨਾਓ ਕਿ ਤੁਸੀਂ ਇੱਕ ਨੋਨ ਪੰਜਾਬੀ ਫਿਲਮ ਦੇ ਵਿੱਚ ਐਜ਼ ਸਕਰੀਨ ਰਾਈਟਰ ਕੰਮ ਕਰ ਰਹੇ ਹੋ, ਡਾਇਲੋਗਸ ਲਿਖੇ ਆ, ਸ਼ਾਰ ਹੈ ਉਸਦੇ ਵਿੱਚ ਔਰ ਤਾਪਸੀ ਪੰਨੂ ਭੂਮਿਕਾ, ਕਿਸਮਤ ਸੁਣਾਈ ਸੀ ਕਰਨਾ ਚਾਹੁੰਦਾ ਸੀ ਡਾਇਰੈਕਟਰ ਤੇ ਉਹਨੇ ਮੈਨੂੰ ਦੱਸਿਆ, ਕਹਿੰਦਾ ਇੱਕ ਫਿਲਮ ਹੈ, ਮੈਂ ਕੁਛ ਕਰ ਰਹਾ ਹਾਂ। ਫਿਰ ਅਸੀਂ ਉਹਨੂੰ ਡਿਸਕਸ ਕੀਤਾ ਥੋੜ੍ਹਾ ਜਿਹਾ, ਫਿਰ ਮੈਨੂੰ ਕਹਿੰਦਾ ਤੂੰ ਕੁਛ ਲਿਖ ਕੇ ਲਿਆ ਇੱਥੇ, ਤੇ ਮੈਂ ਫਿਰ 10 ਦਿਨ ਲਾ ਕੇ ਉਹਦਾ ਫਸਟ ਹਾਫ ਲਿਖਿਆ ਸੀਗਾ। ਤੇ ਮੈਂ ਤੁਸ਼ਾਰ ਦੇ ਘਰੇ ਸੀ, 8-10 ਦਿਨ ਮੈਂ ਉਹਨਾਂ ਨੂੰ ਨਰੇਟ ਕੀਤਾ ਤੇ ਉਹਨੂੰ ਬਹੁਤ, ਮਤਲਬ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਹੈ ਨਾ। ਫਿਰ ਮੈਂ ਸੈਕਿੰਡ ਹਾਫ ਲਿਖਿਆ, ਫਿਰ ਮੈਂ ਉਹਨੂੰ ਸੈਕਿੰਡ ਹਾਫ ਸੁਣਾਇਆ। ਫਿਰ ਸਾਡੀ ਪੂਰੀ ਟੀਮ, ਮਤਲਬ ਜਿਹਨਾਂ ਨੇ ਮਿਊਜ਼ਿਕ ਦਿੱਤਾ ਹੈ, ਲਿਰਿਸਿਸਟ ਸਾਰੇ ਹੈ ਨਾ, ਕੈਮਰਾਮੈਨ ਜਿਹਨੇ ਸਰਾਟ ਕੀਤੀ, ਉਹਨਾਂ ਨੂੰ ਵੀ ਨੈਸ਼ਨਲ ਅਵਾਰਡ ਮਿਲਿਆ ਹੈ ਐਜ਼ ਅ ਡੈਬਿਊ ਡਾਇਰੈਕਟਰ। ਤੇ ਸਾਰੀ ਟੀਮ ਨੂੰ ਮੈਂ ਨਰੇਸ਼ਨ ਦਿੱਤਾ ਦੁਬਾਰਾ, ਤੇ ਸਾਡਾ ਜਿਹੜਾ ਲਿਰਿਸਿਸਟ ਹੈ ਉਹਨੇ ਫਿਲਮ ਦੇ ਸਾਰੇ ਗਾਣੇ ਲਿਖੇ ਹੋਏ ਸਕ੍ਰੈਚ ਕਰਤੇ ਕਿ ਯਾਰ ਮੈਂ ਆਹ ਡਾਇਲੋਗ ਸੁਣ ਕੇ, ਮਤਲਬ ਮੈਂ ਗਾਣੇ ਦੁਬਾਰਾ ਲਿਖਣੇ ਤਾਂ, ਮਤਲਬ ਇਹ ਵਰਡਸ ਹੈ। ਫਿਰ ਅਸੀਂ ਉਹਨਾਂ ਨੇ ਡਿਸਕਸ ਕੀਤਾ ਵੀ ਬਹੁਤ ਸਾਰੇ ਫਿਲਮ ਦੇ ਵਿੱਚ ਡਾਇਲੌਗਸ ਚੋਂ ਵਰਡ ਚੱਕ ਕੇ ਉਹਨਾਂ ਨੇ ਗਾਣੇ ਬਣਾਏ। ਦੈਟਸ ਬ੍ਰਿਲੀਅੰਟ। ਹਾਂ, ਤਾਂ ਉਹ ਜਿਹੜਾ ਸਾਂਡ ਕੀ ਆਂਗ ਹੈ, ਉਹ ਵੀ ਇੱਕ ਡਾਇਲੌਗ ਹੈ ਫਿਲਮ 'ਚ, ਉੱਥੋਂ ਉਹ ਟਾਈਟਲ ਲਾਇਆ। ਉਹ ਟਾਈਟਲ ਅਨੁਰਾਗ ਕਸ਼ਪ ਸਰ ਨੇ ਪੜ੍ਹਿਆ ਕਿ ਨਹੀਂ ਆਪਾਂ ਆਹ ਟਾਈਟਲ ਰੱਖ ਰਹੇ ਹਾਂ, ਤੇ ਸਾਰਿਆਂ ਨੂੰ ਸੀਗਾ ਕਿ ਯਾਰ ਇਹ ਕਿਵੇਂ ਸਾਊਂਡ ਕਰੂਗਾ, ਹੈ ਨਾ, ਕੀ ਹੈ ਐਂਡ, ਬਟ ਉਹਨਾਂ ਦਾ ਬਹੁਤ ਫੇਥ ਸੀ ਕਿ ਨਹੀਂ ਇਹ ਟਾਈਟਲ ਰੱਖਣਾ, ਇਹ ਟਾਈਟਲ ਰੱਖਣਾ। ਸੋ ਵਧੀਆ ਲੱਗਦਾ ਕਿ ਯਾਰ ਇੰਨੇ ਵੱਡੇ ਬੰਦੇ ਜਿਹਨਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ ਐਂਡ ਮੇਰੀ ਪਹਿਲੀ, ਮਤਲਬ ਮੀਟਿੰਗ ਅਨੁਰਾਗ ਸਰ ਨਾਲ, ਕਿ ਮਤਲਬ ਉਹਨਾਂ ਨੂੰ ਐਂ ਸੋਚਦੇ ਹੁੰਦੇ ਸੀ ਕਿ ਯਾਰ ਅਨੁਰਾਗ ਕਸ਼ਯਪ ਇੱਥੇ ਹੋਊਗਾ, ਉੱਥੇ ਹੋਊਗਾ ਨਾ, ਤੇ ਮਤਲਬ ਸਡਨਲੀ ਕਿ ਤੁਸੀਂ ਉਹਨੂੰ ਬੰਦੇ ਨੂੰ, ਉਹਨਾਂ ਨੇ ਸਕ੍ਰਿਪਟ ਪੜ੍ਹੀ ਸੀਗੀ ਕਿ ਮੇਰੇ ਕੋਲ ਮੇਲ ਕਰ ਦਿਓ, ਮੈਂ ਪੜ੍ਹੂੰਗਾ, ਤੇ ਪੜ੍ਹ ਕੇ ਉਹ ਮੈਨੂੰ ਪਹਿਲੀ ਵਾਰ ਮਿਲੇ। ਔਰ ਉਹ ਆਪ ਰਾਈਟਰ ਆ, ਉਹਨਾਂ ਨੇ ਪੂਰੀ ਫਿਲਮ ਚੋਂ ਸਿਰਫ ਇੱਕ ਡਾਇਲੋਗ ਚੇਂਜ ਕਰਵਾਇਆ, ਉਹ ਵੀ ਚੇਂਜ ਨਹੀਂ ਕਰਵਾਇਆ, ਮੈਨੂੰ ਕਿਹਾ ਕਿ ਇਹੋ ਜਿਹਾ ਕੁਛ ਕਰ ਲਾ, ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਯਾਰ ਉਹਨਾਂ ਨੂੰ ਡਾਇਲੋਗ ਇੰਨੇ ਵਧੀਆ ਪਸੰਦ ਆਏ। ਐਂਡ ਉਹ ਫਿਲਮ ਦੇ ਵਿੱਚ ਯੂਪੀ ਦਾ ਤੇ ਹਰਿਆਣਾ ਦਾ ਮਿਕਸ ਡਾਇਲੈਕਟ ਇਹੀ ਸੀਗਾ, ਜਿਵੇਂ ਇੱਕ ਅਨੁਰਾਗ ਕਸ਼ਯਪ, ਕਿਉਂਕਿ ਇੱਕ 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 ਰਾਈਟਰ ਨੇ, ਆਈ ਰੀਅਲੀ ਵਾਂਟ ਕਿ ਉਹ ਵੀ ਕਦੇ ਸ਼ੋਅ ਤੇ ਆ, ਉਹਨਾਂ ਨੇ ਇੱਕ ਵਾਰੀ ਅਨੁਰਾਗ ਦੀ ਫਿਲਮ ਲਈ ਕਾਫੀ ਜ਼ਿਆਦਾ ਵਲਗੈਰਿਟੀ, ਮੈਨੂੰ ਬਹੁਤ ਬੁਰਾ ਲੱਗਾ ਇਸ ਗੱਲ ਤੇ, ਕਿ ਉਹਨਾਂ ਨੇ ਕਿਹਾ ਕਿ ਅਨੁਰਾਗ ਦੀਆਂ ਫਿਲਮਾਂ ਜਿਹੜੀਆਂ ਨੇ ਉੜਤਾ ਪੰਜਾਬ ਬਣਾ ਰਹੀਆਂ ਨੇ, ਅਨੁਰਾਗ ਦੀਆਂ ਫਿਲਮਾਂ ਨੇ ਮਨਮਰਜ਼ੀਆਂ ਬਣਾ ਕੇ ਖਰਾਬ ਕਰਤਾ, ਅੰਮ੍ਰਿਤਸਰ 'ਚ ਇਹੋ ਜਿਹੀ ਕੁੜੀ ਨਹੀਂ ਹੋ ਸਕਦੀ, ਜਾਂ ਫਿਰ ਉਹਨਾਂ ਦੀ ਹੋਰ ਫਿਲਮ ਆਈ ਸੀਗੀ ਦੇਵਡੀ, ਉਹਨਾਂ ਨੇ ਕਾਫੀ ਉਹਨਾਂ ਦੇ ਅਗੇਂਸਟ ਬੋਲਿਆ। ਮੈਨੂੰ ਚੀਜ਼ ਬਹੁਤ ਜ਼ਿਆਦਾ ਅਜੀਬ ਲੱਗੀ ਸੀਗੀ ਕਿ ਇੰਨੇ ਬੜੇ ਤੁਸੀਂ ਰਾਈਟਰ ਹੋ, ਬੜੇ ਬੈਨਰਸ ਨਾਲ ਕੰਮ ਕਰ ਰਹੇ ਹੋ, ਦੈਟ ਰਾਈਟਰ ਇਜ਼ ਵਰਕਿੰਗ ਵਿਦ ਐਕਚੁਅਲੀ ਬਿਗ ਬੈਨਰਸ, ਪਰ ਉਸ ਲੈਵਲ ਤੇ ਆ ਕੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ, ਮੈਨੂੰ ਬਹੁਤ ਔਡ ਲੱਗਦਾ ਹੈ।
ਪਰ ਮੈਂ ਹਰਟ ਪਾਰਲਰ ਹੈ ਕਿ ਇੱਕ ਹੋਰ ਪੰਜਾਬੀ ਰਾਈਟਰ ਹੈ ਜੋ ਅਨੁਰਾਗ ਦੀ ਫਿਲਮ ਕਰ ਰਿਹਾ ਹੈ, ਉਹ ਬੜਾ ਮੈਨੂੰ ਬੈਲੈਂਸ ਸਟਰਕਚਰ ਲੱਗਾ ਸੀਗਾ। ਔਰ ਜਿਸ ਤਰ੍ਹਾਂ ਅਨੁਰਾਗ ਨੇ ਪੰਜਾਬੀ ਫਿਲਮ ਬਣਾਈ, ਹੀ ਇਜ਼ ਨਾਟ ਪੰਜਾਬੀ, ਇਸ ਤਰ੍ਹਾਂ ਯੂ ਆਰ ਰਾਈਟਿੰਗ ਇੱਕ ਯੂਪੀ ਔਰ ਹਰਿਆਣਾ ਦੇ ਲਈ, ਦੈਟਸ ਵੈਰੀ ਵੈਰੀ ਗੁੱਡ। ਵੀ ਬਿਲੀਵ ਕਿ ਆਪਾਂ ਜਿੱਥੇ ਵੀ ਹੁੰਦੇ ਹਾਂ ਆਪਾਂ ਸਿਰਫ ਉਹੀ ਕਰ ਸਕਦੇ ਹਾਂ, ਕੁਛ ਹੋਰ ਅਟੈਂਪਟ ਨਹੀਂ ਕਰ ਸਕਦੇ। ਨਹੀਂ, ਮੈਨੂੰ ਲੱਗਦਾ ਕਿ ਯਾਰ ਜਿਹੜਾ ਬਾਹਰ ਦਾ ਬੰਦਾ ਹੈ ਨਾ, ਉਹ ਜਿਵੇਂ ਆਪਾਂ ਹੁੰਦੇ ਨਾ ਕਿ ਦੂਰ ਹੈ ਤਾਂ ਤੁਸੀਂ ਵਾਈਡਰ ਪਿਕਚਰ ਦੇਖ ਸਕਦੇ ਹੋ, ਵਾਈਡਰ ਪਰਸਪੈਕਟਿਵ ਦੇਖ ਸਕਦੇ ਹੋ। ਤੁਸੀਂ ਕਿਸੇ ਚੀਜ਼ ਦੇ ਵਿੱਚ ਖੜੇ ਹੋ ਕੇ ਓਨਾ ਤੁਹਾਡਾ ਵਿਜ਼ਨ ਸਟਰੋਂਗ ਨਹੀਂ ਹੋ ਸਕਦਾ ਜਿਹੜਾ ਬਾਹਰਲੇ ਬੰਦੇ ਨੂੰ ਹੋ ਸਕਦਾ ਹੈ। ਦੇਵਦੀ ਦਾ ਪੰਜਾਬ ਸਾਨੂੰ ਇਸੇ ਲਈ ਬੈਟਰ ਲੱਗਦਾ ਹੈ ਕਿ ਉਹ ਇੱਕ ਬਾਹਰ ਦੇ ਬੰਦੇ ਨੇ ਪੰਜਾਬ ਦੇਖਿਆ। ਬਟ ਇਹ ਰਿਐਲਿਟੀ ਆ। ਹਾਂ, ਮਤਲਬ ਉਹ ਉੱਪਰੋਂ ਜਿਹੜਾ ਦਿਖਾਇਆ ਉਹ ਸਾਡੀ ਕਿਸੇ ਪੰਜਾਬੀ ਫਿਲਮ ਤੋਂ ਨਹੀਂ ਪੰਜਾਬ। ਮੈਂ ਕਰੈਕਟਰ ਦੀ ਨਹੀਂ, ਤੁਸੀਂ ਵਿਜ਼ੂਅਲੀ ਵੀ ਗੱਲ ਕਰੋ। ਮਤਲਬ ਅਸੀਂ ਉਸੇ ਘਰ ਚ ਜਿਹ ਚ ਦੇਵਦੀ ਸ਼ੂਟ ਕੀਤੀ ਹੈ, ਉਹਦੀ ਸਨੀਕਾ 2001 ਸ਼ੂਟ ਕੀਤੀ ਹੈ, ਸੇਮ ਘਰ ਹੈ। ਔਰ ਤੁਸੀਂ ਉਸ ਫਿਲਮ ਦੀ ਮੇਕਿੰਗ ਜਾਂ ਉਹਦੇ ਸ਼ਾਟ ਉਹਦਾ ਉਸ ਘਰ ਦੀ ਵਾਈਫ ਤੇ ਸਾਡੇ ਉਸ ਘਰ ਦੀ ਵਾਈਫ ਦੇਖੋ, ਹੈ ਨਾ, ਉਹ ਮੈਚ ਨਹੀਂ ਕਰਦੀਆਂ ਆ। ਕਿਉਂਕਿ ਉਹ ਬੰਦੇ ਨੇ ਉਹਦਾ ਇੱਕ ਵਿਜ਼ਨ ਹੈ, ਉਹਨੇ ਉਹ ਚੀਜ਼ ਨੂੰ ਦੇਖਣ ਦਾ ਉਹਦਾ ਤਰੀਕਾ ਹੈ। ਸੇਮ ਕੁਰਤਾ ਪੰਜਾਬ ਹੈ, ਅਭਿਸ਼ੇਕ ਚੌਬੇ ਦਾ ਉਹ ਪੁਆਇੰਟ ਆਫ ਵਿਊ ਹੈ ਪੰਜਾਬ ਨੂੰ ਦੇਖਣ ਦਾ। ਰਾਈਟ ਹੈ ਨਾ ਸਭ ਨੂੰ? ਹਾਂ ਰਾਈਟ ਹੈ। ਦੀਪਕ ਚੰਦਰ ਜੀ ਨੇ ਦਿੱਲੀ ਦਿਖਾਇਆ, ਉਹ ਹਮੇਸ਼ਾ ਬੈਟਰ ਹੁੰਦਾ, ਉਹ ਬਾਇਸ ਹੁੰਦਾ, ਉਹ ਬੇਕ ਆਫ ਹੁੰਦਾ। ਅੱਜ ਮੈਂ ਪੰਜਾਬ ਬਾਰੇ ਕੁਛ ਉਮੀਦ ਕੀ ਬੋਲੂਗਾ, ਮੈਨੂੰ ਇੱਥੇ 10 ਲੋਕ ਫੜ ਲੈਣਗੇ। ਐਗਜ਼ੈਕਟਲੀ, ਤੂੰ ਫਲਾਨਾ ਤੂੰ ਫਲਾਨਾ, ਹੈ ਨਾ। ਜਿਹੜਾ ਬੰਦਾ ਬਾਹਰ ਦਾ ਉਹ ਬਿੰਦਾਸ ਹੋ ਕੇ ਲਿਖ ਸਕਦਾ। ਸਿਮਿਲਰਲੀ ਮਤਲਬ ਮੈਂ ਇੱਕ ਬਹੁਤ ਵੱਡੀ ਗੱਲ ਹੈ ਕਿ ਅਨੁਰਾਗ ਕਸ਼ਯਪ ਸਾਹਿਬ ਜਿੱਥੋਂ ਦੇ, ਮੈਂ ਇੱਕ ਸਕ੍ਰਿਪਟ ਲਿਖ ਰਿਹਾ ਉਸ ਸ਼ਹਿਰ ਦੇ ਬੇਸਡ। ਸੋ ਕਿ ਮੈਂ ਉਹਨਾਂ ਨੇ ਸਾਡਾ ਪੰਜਾਬ ਆਪਣੇ ਪੁਆਇੰਟ ਆਫ ਵਿਊ ਨਾਲ ਦਿਖਾਇਆ ਤੇ ਮੈਂ ਉਹਨਾਂ ਦਾ ਸ਼ਹਿਰ ਆਪਣੇ ਪੁਆਇੰਟ ਆਫ ਵਿਊ ਨਾਲ ਦਿਖਾਉਣਾ ਹੈ ਨਾ। ਆਰਟਿਸਟ ਹਮੇਸ਼ਾ ਹੀ ਕਿਹਾ ਜਾਂਦਾ ਕਿ ਆਰਟ ਇਜ਼ ਬਿਯੋਂਡ ਬਾਉਂਡਰੀਜ਼। ਆਪਾਂ ਨੂੰ ਜਦੋਂ ਮਿਲਦਾ, ਹੁਣ ਮੈਂ ਇਹ ਸੋਚਦੀ ਕਿ ਜਿਹੜੇ ਰਾਈਟਰ ਨੇ ਲਿਖਿਆ ਇਸ ਤਰ੍ਹਾਂ ਕਿ ਅਨੁਰਾਗ ਨੇ ਇੱਦਾਂ, ਮੈਂ ਕਹਿੰਦੀ ਕੱਲ ਨੂੰ ਅਗਰ ਉਹਨਾਂ ਕੋਈ ਬੜਾ ਪ੍ਰੋਜੈਕਟ ਮਿਲਦਾ ਆ ਕਿ ਤੁਸੀਂ ਲਿਖੋ, ਕਿ ਉਹ ਨਹੀਂ ਲਿਖੇਗਾ ਅਗਲਾ। ਬਟ ਉਹੀ ਫਿਰ ਗੱਲ ਹੈ, ਘੁੰਮ ਕੇ ਗੱਲ ਉੱਥੇ ਆ ਜਾਂਦੀ ਕਿ ਆਪਾਂ ਬਹੁਤ ਬਹੁਤ ਹੀ ਕੈਜੂਅਲ ਹੋ ਕੇ ਬੋਲ ਦਿੰਦੇ ਹਾਂ, ਵਰਡ ਮੈਟਰਸ। ਮੈਨੂੰ ਲੱਗਦਾ ਕਿ ਤੁਸੀਂ ਨਾ ਕਿਸੇ ਦੀ ਗੱਲ ਨੂੰ ਇੰਨਾ ਛੇਤੀ ਜਜਮੈਂਟਲ ਨਹੀਂ ਹੋਣਾ ਚਾਹੀਦਾ। ਮਤਲਬ ਕਿ ਕੋਈ ਯਾਰ ਐਂ ਕਰਦਾ ਹੈ ਨਾ, ਕਈ ਵਾਰੀ ਮੈਂ ਵੀ ਹੋ ਜਾਂਦਾ, ਇੱਕ ਬੰਦੇ ਦਾ ਪੁਆਇੰਟ ਆਫ ਵਿਊ ਹੈ, ਉਹਦਾ ਹੱਕ ਹੈ ਉਹ ਗੱਲ ਨੂੰ ਕਹਿਣ ਦਾ, ਉਹਦਾ ਉਹ ਰਾਈਟ ਹੈ। ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿ ਦਿੰਦਾ ਜੀ ਮੈਨੂੰ ਪਨੀਰ ਦੀ ਭੁਰਜੀ ਵਧੀਆ ਲੱਗਦੀ ਹੈ, ਹੈ ਨਾ, ਤੁਹਾਨੂੰ ਨਹੀਂ ਲੱਗਦੀ, ਤਾਂ ਇਹਦਾ ਮਤਲਬ ਇਹ ਥੋੜ੍ਹਾ ਮੈਂ ਗਲਤ ਹੈ ਜਾਂ ਤੁਸੀਂ ਗਲਤ ਹੈ, ਇਟ ਜਸਟ ਮੇਰਾ ਪੁਆਇੰਟ ਆਫ ਵਿਊ। ਸੇਮ ਉਹਨਾਂ ਦਾ ਇੱਕ ਪੁਆਇੰਟ ਆਫ ਵਿਊ ਹੈ, ਉਹਦੇ ਨਾਲ 50% ਲੋਕ ਐਗਰੀ ਕਰਦੇ ਹੋਣਗੇ, 50 ਨਹੀਂ ਕਰਦੇ। ਬਟ ਜਸਟ ਇੱਕ ਮਤਲਬ ਉਹ ਤੇ ਇੰਨਾ ਜਜਮੈਂਟਲ ਨਹੀਂ ਹੋ ਜਾਣਾ ਚਾਹੀਦਾ ਕਿ ਨਹੀਂ ਆ ਹੁਣੇ ਆਏ ਕਹਿਤਾ ਤਾਂ ਹੁਣ ਆਏ ਆਏ। ਸੋ ਬ੍ਰਿਲੀਅੰਟ ਹੋਣ ਤੋਂ ਬਾਅਦ ਉਹਨਾਂ ਨੇ ਕਦੀ ਪੰਜਾਬੀ ਬਾਰੇ ਸੋਚਿਆ ਨਹੀਂ, ਲੇਕਿਨ ਅਨੁਰਾਗ ਔਰ ਅਭਿਸ਼ੇਕ ਦੇ ਨਾਲ, ਵਿੱਕੀ ਦੇ ਨਾਲ ਉਹਨਾਂ ਨੇ ਪੰਜਾਬ ਦਿਖਾਇਆ, ਅੰਮ੍ਰਿਤਸਰ ਦਿਖਾਇਆ। ਵਾਟ ਯੂ ਥਿੰਕ, ਇੱਥੇ ਐਕਸੈਪਟੈਂਸ ਨਹੀਂ ਹੈਗੀ? 90% ਆਫ ਦ ਪੀਪਲ ਡੋਂਟ ਲਾਈਕ ਮਨਮਰਜ਼ੀਆਂ ਇਨ ਪੰਜਾਬ। ਨਹੀਂ, ਮੈਨੂੰ ਇਹ ਲੱਗਦਾ ਕਿ ਜੋ ਰਾਈਟਰਸ ਹੈ ਉੱਥੇ ਪੰਜਾਬ ਕੰਮ ਕਰ ਰਹੇ ਹੈ ਔਰ ਉਹ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ, ਉਹਦਾ ਇਹ ਰੀਜ਼ਨ ਨਹੀਂ ਗਾ ਕਿ ਇੱਥੇ ਉਹਨਾਂ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ ਜਾਂ ਉਹਨਾਂ ਦੀ ਕਿਸੇ ਨੂੰ ਬਿਲੀਵ ਨਹੀਂ ਹੋ। ਨਹੀਂ ਨਹੀਂ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਪ੍ਰੋਜੈਕਟ, ਹੁਣ ਅਗਰ ਇੱਕ ਲੜਕੀ ਕੋ ਦੇਖਾ ਲੈਸਬੀਅਨ ਉਸ ਤੇ ਸਟੋਰੀ ਆ, ਅਗਰ ਉਹ ਇੱਕ ਅਵੇਅਰਨੈਸ ਆ, ਪੂਰੀ ਦੁਨੀਆ ਗੱਲ ਕਰ ਰਹੀ ਹੈ ਪ੍ਰਾਈਡ ਬਾਰੇ, ਅਗਰ ਉਹੀ ਰਾਈਟਰ ਐਜੂਕੇਟਡ ਆ, ਸਾਰਾ ਕੁਛ ਆ, ਅਗਰ ਉਹੀ ਰਾਈਟਰ ਇੱਥੇ ਫਿਲਮ ਲੈ ਕੇ ਆਉਂਦੀ, ਡੂ ਯੂ ਥਿੰਕ ਕਿ ਉਹ ਐਕਸੈਪਟੈਂਸ ਹੁੰਦੀ? ਨਹੀਂ, ਐਕਚੁਅਲੀ ਜਿਹੜਾ ਰੀਜਨਲ ਸਿਨੇਮਾ ਹੈ ਨਾ, ਉਹਦਾ ਇੱਕ ਅੱਡ ਵਰਲਡ ਹੈ। ਮਤਲਬ ਉਹ ਹੌਲੀ ਹੌਲੀ ਚੀਜ਼ਾਂ ਐਕਸਪਲੋਰ ਹੁੰਦੀਆਂ, ਹੌਲੀ ਹੌਲੀ ਉੱਥੇ ਚੀਜ਼ਾਂ ਖੁੱਲਦੀਆਂ। ਲਾਈਕ ਜਿਵੇਂ ਹੁਣ ਚੰਦ ਪਰਦੇਸੀ ਹੈ ਜੋ ਫਿਲਮ, ਉਹਦਾ ਬਹੁਤ ਬੋਲਡ ਸਬਜੈਕਟ ਸੀਗਾ ਆਪਣੇ ਆਪ 'ਚ, ਨਹੀਂ ਸਾਡੇ ਪੰਜਾਬ 'ਚ ਫਿਲਮਾਂ ਨਹੀਂ ਬਣੀਆਂ ਜਾਂ ਮੜੀ ਦਾ ਦੀਵਾਰ ਹੈ, ਉਹ ਫਿਲਮਾਂ ਉਸ ਟਾਈਮ 'ਚ ਇੰਨੀਆਂ ਬੋਲਡ ਬੋਲਡ ਗੱਲਾਂ ਕਰ ਗਏ, ਹੈ ਨਾ, ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੀ ਫਿਲਮ 'ਚ ਕੁਛ ਨਾ ਕੁਛ ਇਹੋ ਜਿਹਾ ਬੋਲਡਨੈਸ ਹੋਣੀ ਚਾਹੀਦੀ ਹੈ, ਬਹੁਤ ਕੰਟਰੋਵਰਸੀ ਹੋਵੇ ਬਟ ਉਹਦੇ 'ਚ ਹੋਣਾ ਚਾਹੀਦਾ ਕਿ ਲੋਕਾਂ ਨੂੰ ਨਹੀਂ ਪਸੰਦ ਆ ਰਿਹਾ, ਨਹੀਂ ਆ ਰਿਹਾ, ਬਟ ਤੁਹਾਡੀ ਰਿਐਲਿਟੀ ਹੈ, ਹੋਣਾ ਚਾਹੀਦਾ। ਆਈ ਗੈਸ ਕਿਸਮਤ ਦੇ ਟਾਈਮ ਫੇਸ ਕੀਤਾ ਹੋਣਾ ਆ। ਹਾਂ, ਕਿ ਲੋਕ ਜਿਵੇਂ ਬਹੁਤ ਸਾਰੀਆਂ ਗੱਲਾਂ ਹੈ ਜਿਹੜਾ ਬੈੱਡ ਵਾਲਾ ਸੀਨ, ਰਾਈਟ? ਨਹੀਂ ਯਾਰ, ਉਹ ਚੀਜ਼ ਨਹੀਂ ਸਹੀ। ਹਾਂ, ਤੇ ਹੁਣ ਜਿਵੇਂ ਤੁਸੀਂ ਸੁਰਖੀ ਬਿੰਦੀ ਦੇ ਟ੍ਰੇਲਰ 'ਚ ਇੱਕ ਡਾਇਲੋਗ ਹੈਗਾ ਵੀ ਤੁਸੀਂ ਸ਼ਹਿਰ ਆ ਕੇ ਜ਼ਿਆਦਾ ਲੁੱਚੇ ਨਹੀਂ ਹੋ ਗਏ,
ਮੈਂ ਪੰਜਾਬ ਚ ਇਹੋ ਜਿਹੇ ਐਕਟਰ ਦੇਖੇ ਜਿਨ੍ਹਾਂ ਨੇ ਮੈਨੂੰ ਸੈੱਟ ਤੇ ਮਨਾ ਕਰਤਾ ਸੀ ਕਿ ਯਾਰ ਮੈਂ ਲੁੱਚਾ ਵਰਡ ਨਹੀਂ ਬੋਲਦਾ। ਬਹੁਤ ਲੋਕ ਕਹਿ ਦਿੰਦੇ ਕਿ ਨਹੀਂ ਯਾਰ ਆਹ ਵਰਡ ਨਹੀਂ ਬੋਲਣਾ ਜਾਂ ਆਹ ਗੱਲ ਨੂੰ ਕੰਟਰੋਵਰਸੀ ਹੋ ਜਾਏ। ਸਾਡੇ ਇੱਥੇ ਬਹੁਤ ਸਾਰੇ ਐਕਟਰ ਇਹੋ ਜਿਹੇ ਵੀ ਹੈ, ਤੁਸੀਂ ਨਾਰਮਲ ਡਾਇਲੋਗ ਵੀ ਲਿਖਿਆ ਹੁੰਦਾ ਨਾ ਉਹਦੇ 'ਚ ਵੀ ਫੜ ਲੈਂਦੇ ਯਾਰ ਡਬਲ ਮੀਨਿੰਗ ਹੈ ਵੀ ਇਹਨੂੰ ਇਹਦੇ ਕਲੀਅਰ ਕਰ ਦਿਓ, ਇਹਦੇ 'ਚ ਇਹਨੂੰ ਪਾ ਦਿਓ ਹਨਾ। ਤੇ ਉਹ ਇੱਕ ਸਾਈਕੀ ਹੈ ਮਤਲਬ ਤੁਹਾਡੀ, ਮੈਂ ਉਸ ਇੰਟੈਂਸ਼ਨ ਨਾਲ ਲਿਖਿਆ ਵੀ ਨਹੀਂ ਗਾ ਬਟ ਉਹ ਅਗਲਾ ਫੜ ਲੈਂਦਾ ਕਿ ਨਹੀਂ ਯਾਰ ਇਹਦੇ 'ਚ ਇਹ ਹੈ। ਦੈਟ ਮੀਨਸ ਉਹ ਸਾਡੇ ਸੋਚਣ 'ਚ ਸਾਡੀ ਪ੍ਰੋਬਲਮ ਹੈ। ਪ੍ਰੋਬਲਮ ਕਿਉਂ ਹੈ? ਕਿਉਂਕਿ ਅਸੀਂ ਉਹਦੇ ਬਾਰੇ ਗੱਲ ਨਹੀਂ ਕਰ ਰਹੇ, ਸਾਡੀ ਸੋਸਾਇਟੀ ਉਹਦੇ ਬਾਰੇ ਗੱਲ ਨਹੀਂ ਕਰ ਰਹੀ, ਅਸੀਂ ਅੱਖਾਂ ਬੰਦ ਕਰਕੇ ਬੈਠੇ ਹਾਂ ਕਿ ਨਹੀਂ 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 ਯਾਰ ਬੱਚਿਆਂ ਨੂੰ ਇੰਝ ਕੋਈ ਗੱਲ ਨਾ ਕਰੋ, ਬੱਚਿਆਂ ਨੂੰ ਇਹ ਨਾ ਬੋਲੋ। ਉਹਦੇ ਕਰਕੇ ਉਹ ਡਿਫਰੈਂਸ ਵੱਧ ਰਿਹਾ, ਉਹਦੇ ਕਰਕੇ ਲੋਕਾਂ ਨੂੰ ਉਹ ਚੀਜ਼ਾਂ ਲੱਗ ਰਹੀਆਂ ਕਿ ਨਹੀਂ ਆ ਗਲਤ ਹੈ, ਆਹ ਨਹੀਂ ਬੋਲਣਾ ਚਾਹੀਦਾ, ਉਹ ਨਹੀਂ ਬੋਲਣਾ ਚਾਹੀਦਾ। ਬਟ ਮੈਨੂੰ ਲੱਗਦਾ ਕਿ ਹਰ ਫਿਲਮ 'ਚ ਥੋੜ੍ਹੀ ਥੋੜ੍ਹੀ ਬੋਲਡਨੈਸ ਬਹੁਤ ਜ਼ਰੂਰੀ ਹੈ, ਥੋੜ੍ਹੀ ਅਵੇਅਰਨੈਸ ਜ਼ਰੂਰੀ ਹੈ। ਸਾਡੇ ਘਰਾਂ 'ਚ ਲੋਕ ਬੋਲਦੇ ਆ, ਸਾਡੇ ਘਰਾਂ 'ਚ ਆਮ ਗੱਲ ਹੈ ਬਟ ਅਸੀਂ ਉਹਨੂੰ ਪਰਦੇ 'ਤੇ ਨਹੀਂ ਦੇਖਣਾ ਚਾਹੁੰਦੇ ਕਿ ਨਹੀਂ ਨਹੀਂ ਯਾਰ ਆਹ ਗਲਤ ਹੈ ਆਹ ਗਲਤ ਹੈ। ਉਹਦੀ ਥੋੜ੍ਹੀ ਜਿਹੀ ਤੁਸੀਂ ਥੋੜ੍ਹਾ ਜਿਹਾ ਓਪਨ ਅਪ ਹੋਣਾ ਪਊਗਾ, ਉਹ ਚੀਜ਼ਾਂ ਰੀਅਲ ਹੈ ਤੁਸੀਂ ਕਰਦੇ ਹੈ ਔਰ ਉਹ ਐਡਜਸਟ ਕਰ ਰਹੀਆਂ, ਤੁਹਾਨੂੰ ਉਹਨੂੰ ਮੰਨਣਾ ਪਊਗਾ ਤਾਂ ਉਹ ਬੈਟਰਮੈਂਟ। ਆਈ ਥਿੰਕ I don't know, par mainu itthe hope da chances thoda ghat lagda hai because romantic hale bahut rare bandiyan ne, still comedy bandiyan ne. Jadon Batman aayi sigi ya fir ek ladki ko dekha, eh is tarah de topics hai ki har film nu promote karan de layi hindi cinema itthe aanda, par jadon eh jehi filma hundiyan ne oh kadi Punjab nahi aanda, kadi vi oh Punjab nahi aanda. Agar assi itthe gal karna chahunde ha Batman de time te, main khud apni self made ek promotional video banayi sigi Punjabi de vich ki ਅਗਰ ਆਪਾਂ ਉਹਨਾਂ ਨੂੰ ਹਰ ਚੀਜ਼ ਤੇ ਫੋਲੋ ਕਰਦੇ ਆ, ਅਗਰ ਉਹ ਲੋਕ ਇੱਕ ਹੋਲਡ ਕਰਕੇ ਸੈਨੇਟਰੀ ਪੈਡ ਦੀ ਗੱਲ ਕਰਦੇ ਆ, ਦੈਨ ਵਾਈ ਨਾਟ ਵੀ। ਸੋ ਮੈਨੂੰ ਲੱਗਦਾ ਕਿ ਹਲੇ ਆਪਾਂ ਸਿਰਫ ਬ੍ਰਾਂਡਸ ਦੇ ਨਾਲ, ਏਅਰਪੋਰਟਸ ਦੇ ਨਾਲ ਆਪਾਂ ਵਧੀਆ ਖਾ ਰਹੇ ਆ, ਆਪਾਂ ਜਿਮ ਜਾ ਰਹੇ ਆ, ਪਰ ਦਿਮਾਗੀ ਤੌਰ ਤੇ ਆਪਾਂ ਹਲੇ ਵੱਧ ਨਹੀਂ ਰਹੇ ਆ। ਡੂ ਯੂ ਐਵਰ ਕਮ ਵਿਦ ਦਿਸ ਟੋਪਿਕ? ਕਦੇ ਤੁਸੀਂ ਇਦਾਂ ਦੀ ਕੋਈ ਫਿਲਮ ਬਣਾਓਗੇ ਜਿਸ ਦੇ ਵਿੱਚ ਟੋਟਲੀ ਅਵੇਅਰਨੈਸ ਦੀ ਗੱਲ ਹੋਵੇ? ਨਹੀਂ, ਡੈਫੀਨੇਟਲੀ ਹੋਣੀ ਚਾਹੀਦੀ ਹੈ। ਮਤਲਬ ਮੈਂ ਤਾਂ ਇਸ ਚੀਜ਼ ਲਈ ਬਹੁਤ ਓਪਨ ਹੈ ਕਿ ਅਗਰ ਮੈਨੂੰ ਕੋਈ ਐਸਾ ਸਬਜੈਕਟ ਮਿਲਦਾ ਹੈ ਨਾ, ਮਤਲਬ ਮੇਰੇ ਲਈ ਸਿਨੇਮਾ 'ਚ ਇੰਟਰਟੇਨਮੈਂਟ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਸਬਜੈਕਟ ਜਿਹਨੂੰ ਤੁਸੀਂ ਇੰਟਰਟੇਨਿੰਗ ਤਰੀਕੇ ਨਾਲ, ਲਾਈਕ ਵਿਕੀ ਡੋਨਰ ਹੈ ਨਾ, ਐਗਜ਼ੈਕਟਲੀ ਉਸ ਸਪਰਮ ਡੋਨਰ ਦੀ ਇੱਕ ਸਟੋਰੀ ਹੈ, ਬਹੁਤ ਵਧੀਆ ਇੰਟਰਟੇਨਿੰਗ। ਜੇ ਮੈਨੂੰ ਕੋਈ ਵੀ ਸਬਜੈਕਟ ਹੋਊਗਾ ਜਿਹਨੂੰ ਮੈਨੂੰ ਲੱਗੂਗਾ ਕਿ ਯਾਰ ਮੈਂ ਇਹਨੂੰ ਇੰਟਰਟੇਨਿੰਗ ਤਰੀਕੇ ਨਾਲ ਦਿਖਾ ਸਕਦਾ ਤਾਂ ਮੈਂ ਡੈਫੀਨੇਟਲੀ ਉਹ 'ਤੇ ਸਭ ਫਿਲਮ ਬਣਾਊਂਗਾ। ਮਤਲਬ ਮੈਂ ਤਾਂ ਉਸ ਲਈ ਰੈਡੀ। ਹਲੋ, ਫੜੋ ਸਕ੍ਰਿਪਟ। ਆਈ ਹੈਵ ਮੈਨੀ, ਪਰ ਮੇਰੇ ਕੋਲ ਜਿਹੜੇ ਮਤਲਬ ਹੁੰਦਾ ਨਾ ਗੱਚ, ਉਹ ਚਾਂਸ ਮੇਰੇ ਕੋਲ ਉਹ ਨਹੀਂ ਹੈਗੇ, ਬਟ ਜਿਸ ਦਿਨ ਆਣਗੇ ਆਈ ਵਿਲ ਗਿਵ ਯੂ ਦ 2-3। ਬਹੁਤ ਸਾਰੇ ਲੋਕ ਨੇ ਜਿਸ ਤਰ੍ਹਾਂ ਦੀ ਫਿਲਮਾਂ ਲਿਖਦੇ ਨੇ, ਪਰ ਉਹ ਬਸ ਜਿਸ ਤਰ੍ਹਾਂ ਬੜੇ ਬੜੇ ਰਾਈਟਰਸ ਉੱਧਰ ਮੂਵ ਕਰ ਜਾਂਦੇ ਬੰਬੇ ਵੱਲ, ਉਹਨਾਂ ਲੱਗਦਾ ਕਿ ਪੰਜਾਬ 'ਚ ਹੋਪ ਨਹੀਂ ਹੈ। ਬਟ ਆਈ ਐਮ ਹੋਪਿੰਗ, ਆਈ ਵਿਲ ਡੈਫੀਨੇਟਲੀ ਡੂ ਦੈਟ। ਵਟ ਯੂ ਥਿੰਕ ਕਿ ਇੱਕ ਬੇਸ ਹੋਣਾ ਚਾਹੀਦਾ ਕ੍ਰਿਟੀਸਿਜ਼ਮ ਉੱਤੇ, ਕਿ ਕਿਸ ਕਿਨਾਂ ਲੋਕਾਂ ਨੂੰ ਰਾਈਟ ਹੋਣਾ ਚਾਹੀਦਾ ਹੈ, ਜਾਂ ਫਿਰ ਜਿਹੜੇ ਸਿਰਫ ਥੀਏਟਰ ਤੋਂ ਬਾਹਰ ਨਿਕਲਦੇ ਆ 5-star, 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 ਉਹ ਲੋਕ ਤੁਹਾਡਾ ਰਿਵਿਊ ਹੋਣਾ ਚਾਹੀਦਾ? ਵੇਟ ਕਰਦੇ ਹੋਵੋਗੇ ਕਦੀ ਕਿਸ ਦਾ ਰਿਵਿਊ ਦਾ ਨਾ, ਓਬਵੀਅਸਲੀ, ਮਤਲਬ ਐਜ਼ ਅ ਫਿਲਮ ਮੇਕਰ ਤੁਸੀਂ ਵੇਟ ਕਰਦੇ ਹੋਵੋਗੇ। ਤੇ ਜਦੋਂ ਕੋਈ ਚੰਗਾ ਕਹਿੰਦਾ ਹੈ ਤਾਂ ਆਪਣਾ ਲੱਗਦਾ ਹੋਊਗਾ, ਜੇ ਕੋਈ ਮਾੜਾ ਕਹਿੰਦਾ ਹੈ ਹਾਊ ਯੂ ਟ੍ਰੀਟ ਇਟ, ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਲੈਵਲ ਕੀਤਾ? ਮੈਂ ਐਕਚੁਅਲੀ ਤੁਹਾਨੂੰ ਨਾ ਹਰ ਬੰਦੇ ਨੂੰ ਕਿਤੇ ਨਾ ਕਿਤੇ ਆਪਣੀ ਫਿਲਮ ਪਤਾ ਹੁੰਦੀ ਹੈ, ਪੁਆਇੰਟ, ਤੁਸੀਂ ਹਰ ਡਾਇਰੈਕਟਰ ਨੂੰ ਪਤਾ ਹੁੰਦਾ ਹੈ, ਔਰ ਚਾਹੇ ਤੁਸੀਂ ਹੁਣ ਉਸ ਤੇ ਟ੍ਰਿਪ ਕਰੋ ਕਿ ਨਹੀਂ ਯਾਰ ਇੰਨੇ ਕਰੋੜ ਕਮਾ ਗਈ ਹਿੱਟ ਹੈ ਮੈਂ ਤਾਂ ਬਹੁਤ ਵਧੀਆ ਬਣਾਈ ਹੈ, ਬਟ ਤੁਸੀਂ ਉਸ ਤੇ ਚੀਜ਼ ਤੇ ਟ੍ਰਿਪ ਨਹੀਂ ਕਰ ਸਕਦੇ। ਸੋ ਮੈਂ ਸਾਰੇ ਰਿਵਿਊ ਤਾਂ ਨਹੀਂ ਦੇਖਦਾ, ਬਟ ਮੈਂ ਸਟਿਲ ਦੇਖਦਾ ਹੈ ਰਿਵਿਊ ਕਿ ਜੋ ਕ੍ਰਿਟਿਕਸ ਰਿਵਿਊ ਦਿੰਦੇ ਆ, ਔਰ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ 'ਚੋਂ ਕੋਈ ਇਹੋ ਜਿਹੀ ਗੱਲ ਹੋਵੇ ਜਿਹੜੀ ਮੈਨੂੰ ਵੀ ਲੱਗਦੀ ਹੈ। ਜਾਂ ਉਹਨੇ ਕਈ ਵਾਰੀ ਹੁੰਦਾ ਕਿ ਕਈ ਬੰਦਾ ਇੱਕ ਪੁਆਇੰਟ ਆਫ ਵਿਊ ਹੈ ਹਰ ਬੰਦੇ ਦਾ ਆਪਣਾ ਆਪਣਾ, ਪਰ ਇਹ ਕੋਈ ਜਨਰਲਾਈਜ਼ ਨਹੀਂ ਹੋ ਸਕਦਾ ਕਿ ਉਹਨੇ ਮਾੜਾ ਕਿਹਾ ਤਾਂ ਫਿਲਮ ਮਾੜੀ ਹੈ, ਕਿਉਂਕਿ ਉਹਨੂੰ ਚੰਗੀ ਲੱਗੀ ਉਹਨੂੰ ਮਾੜੀ ਲੱਗੀ, ਸਿਰਫ ਇੱਕ ਬੰਦਾ ਡਿਸਾਈਡ ਕਰ ਰਿਹਾ ਕਿ ਫਿਲਮ ਚੰਗੀ ਹੈ ਮਾੜੀ ਹੈ। ਤਾਂ ਕੋਈ ਮਤਲਬ ਮੈਂ ਉਹਨੂੰ ਕੋਈ ਐਪ ਜਾਂ ਕੋਈ ਕ੍ਰਾਈਟੇਰੀਆ ਜਾਂ ਕੋਈ ਫਿਕਸ ਤਾਂ ਨਹੀਂ ਕਹਿ ਸਕਦੇ ਕਿ ਆਪਾਂ ਇਹ ਸੱਚ ਹੀ ਹੈ, ਬਟ ਮੈਂ ਜੋ ਵੀ ਰਿਵਿਊ ਦੇਖਦਾ ਹੈ ਮੈਂ ਉਹਨਾਂ ਸਿਰਫ ਇਹ ਦੇਖਦਾ ਕਿ ਯਾਰ ਕਈ ਵਾਰੀ ਹੁੰਦਾ ਕਿ ਉਹਨੇ ਬਹੁਤ ਤਾਰੀਫ ਕੀਤੀ ਹੁੰਦੀ ਹੈ ਤਾਂ ਮੈਂ ਉਹਨੂੰ ਡਾਊਨ ਕਰ ਰਿਹਾ ਕਿ ਯਾਰ ਇਹਨੂੰ ਨਾ ਤੁਸੀਂ ਵੀ ਦਿਮਾਗ 'ਤੇ ਨਹੀਂ ਚੜਾਉਣਾ, ਬਟ ਇਹਦੇ 'ਚ ਦੇਖ ਕੇ ਉਹਨੇ ਕਿਹੜੀ ਚੀਜ਼ ਨੂੰ ਜ਼ਿਆਦਾ ਅੰਡਰਲਾਈਨ ਕੀਤਾ ਹੈ। ਜਾਂ ਜਿਵੇਂ ਐਮੀ ਹੈ ਨਾ ਕਿ ਤੁਸੀਂ ਹਰਜੀਤਾ ਦਾ ਰਿਵਿਊ ਕੀਤਾ ਸੀ ਤੇ ਮੈਨੂੰ ਯਾਦ ਹੈ ਕਿ ਐਮੀ ਇੰਨੇ ਟਾਈਮ ਐਮੀ ਨਹੀਂ ਬੋਲਿਆ, ਇੰਨੇ ਟਾਈਮ ਐਮੀ ਨਹੀਂ ਬੋਲਿਆ ਹਨਾ, ਉਹਦੇ 'ਚ ਰਹਿੰਦੀ ਸੀ, ਮੈਨੂੰ ਉਹ ਗੱਲ ਬਹੁਤ ਵਧੀਆ ਲੱਗੀ ਕਿਉਂਕਿ ਮੈਂ ਫਿਲਮ ਸ਼ੂਟਿੰਗ ਟਾਈਮ 'ਤੇ ਮੈਂ ਉਸ ਚੀਜ਼ 'ਤੇ ਬਹੁਤ ਫੋਕਸ ਕੀਤਾ ਕਿ ਮੈਂ ਐਮੀ ਦੀ ਲਾਈਨ ਹੀ ਨਹੀਂ ਲਿਖਦਾ ਸੀਗਾ ਹਨਾ, ਮੈਂ ਐਮੀ ਨਾਲ ਮੇਰੀ ਪੂਰੇ ਸ਼ੂਟਿੰਗ ਟਾਈਮ ਇਹ ਫਾਈਟ ਸੀਗੀ ਕਿ ਮੋਢੇ ਸਿੱਟ ਕੇ ਡਾਇਲੋਗ ਬੋਲਣਾ ਹੈ ਕਿ ਐਮੀ ਦੀ ਪਰਸਨੈਲਿਟੀ ਇੰਨੀ ਸਟਰੋਂਗ ਹੈ। ਸਟਿਲ ਫਿਲਮ 'ਚ 2-4 ਜਗ੍ਹਾ ਇਹੋ ਜਿਹੀਆਂ ਜਿੱਥੇ ਮਨਮਰਜ਼ੀ ਕੀਤੀ ਹੈ ਤੇ ਮਤਲਬ ਮੈਨੂੰ ਉਹ ਸ਼ਾਟ ਹਜੇ ਵੀ ਲੱਗਦਾ ਕਿ ਹੁਣ ਗਲਤ ਆਹ ਗਲਤ ਹੈ ਨਾ, ਆਹ ਹਰਜੀਤ ਨਹੀਂ ਕਰ ਸਕਦਾ ਇਹ ਐਮੀ ਵਿਰਕ ਹੈ।
ਤੇ ਉਹ ਚੀਜ਼ ਜਿਹੜੀ ਸੋਚ ਕੇ ਜੇ ਤੇ ਮਿਹਨਤ ਕੀਤੀ ਹੁੰਦੀ ਹੈ ਔਰ ਉਸ ਚੀਜ਼ ਨੂੰ ਕੋਈ ਐਪਰੀਸ਼ੀਏਟ ਕਰਦਾ ਤਾਂ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਇਹ ਰਾਈਟ ਹੈ। ਬਟ ਕਈ ਵਾਰੀ ਕਈ ਚੀਜ਼ ਹੁੰਦੀ ਹੈ ਕਿ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਯਾਰ ਇਹ ਨਹੀਂ ਸਹੀ, ਤੁਹਾਨੂੰ ਉਹਦੀਆਂ ਕਮੀਆਂ ਪਤੀਆਂ, ਤੁਹਾਨੂੰ ਉਹਦੀਆਂ ਖਾਮੀਆਂ ਪਤਾ, ਬਟ ਸਾਹਮਣੇ ਵਾਲੇ ਬੰਦੇ ਨੇ ਉਹ ਨਹੀਂ ਫੜੀਆਂ ਔਰ ਉਹਨੇ ਉਸ ਚੀਜ਼ ਨੂੰ ਕਿਹਾ ਵੀ ਇਹ ਬਹੁਤ ਵਧੀਆ ਹੈ, ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਉਸ ਦੇ ਨਾਲ ਬਹਿਣਾ ਨਹੀਂ ਚਾਹੀਦਾ, ਉਹ ਆਪਣਾ ਅਤੇ ਤੁਹਾਡਾ ਜਜਮੈਂਟ ਹੈ। ਔਰ ਸੇਮ ਚੀਜ਼ ਜੇ ਕਿਸੇ ਨੇ ਕੋਈ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਇਹ ਚੀਜ਼, ਤਾਂ ਮੈਂ ਡੈਫੀਨੇਟਲੀ ਸੋਚਦਾ ਕਿ ਯਾਰ ਇਹਨੇ ਆਹ ਗੱਲ ਕਹੀ ਹੈ ਤਾਂ ਕਿਉਂ ਕਹੀ ਹੈ, ਹਨਾ, ਜਾਂ ਇਹਦੇ 'ਚ ਕਮੀ ਹੈ, ਔਰ ਉਹਨੂੰ ਮੰਨਣ ਐਕਸੈਪਟੈਂਸ ਆਫ ਫੇਲੀਅਰ ਇਜ਼ ਵੈਰੀ ਇੰਪੋਰਟੈਂਟ। ਮੈਨੂੰ ਇਹ ਲੱਗਦਾ 90% ਆਫ ਆਰ ਸੋਸਾਇਟੀ, ਜਿਹੜੀ 90% ਆਪਣੀ ਸੋਸਾਇਟੀ ਆ, ਉਹ ਇਸ ਟਾਈਮ ਮੈਂਟਲ ਡਿਸਟਰਬੈਂਸ ਨਾਲ, ਮੈਂਟਲ ਹੈਲਥ ਨਾਲ ਬਹੁਤ ਬਹੁਤ ਹੀ ਅਜੀਬ ਤਰੀਕੇ ਨਾਲ ਗੁਜ਼ਰ ਰਹੀ ਹੈ। ਫਿਲਮਾਂ ਬਹੁਤ ਅਸਰ ਕਰਦੀਆਂ ਨੇ, ਗਾਣੇ ਬਹੁਤ ਅਸਰ ਕਰਦੇ ਨੇ, ਅਸੀਂ ਉਹਨਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਪ੍ਰਭਾਵ ਸਾਡੇ 'ਤੇ ਪੈਂਦਾ ਆ, ਆਪਾਂ ਕਿਤਾਬਾਂ ਹਾਲੇ ਨਹੀਂ ਪੜ੍ਹਦੇ ਹਾਂ। ਤੁਸੀਂ ਕੀ ਟਿਪ ਦੇਣਾ ਚਾਹੋਗੇ, ਕੀ ਐਸਾ ਐਡਵਾਈਸ ਦੇਣਾ ਚਾਹੋਗੇ ਨਾ ਸਾਰਿਆਂ ਨੂੰ ਕਿ ਜਦੋਂ ਫੇਲੀਅਰ ਹੁੰਦਾ, ਬਿਕੋਜ਼ ਹਰਜੀਤਾ ਤਾਂ ਆਈ ਥਿੰਕ ਇਸ ਤੋਂ ਬੜਾ ਫੇਲੀਅਰ ਕੋਈ ਨਹੀਂ ਹੋਏਗਾ, ਔਰ ਉਹ ਬਹੁਤ ਲੰਬਾ ਫੇਲੀਅਰ ਸੀ। ਅਵਾਰਡ ਮਿਲ ਗਿਆ ਤਾਂ ਸ਼ਾਇਦ ਉਹ ਅਪਗ੍ਰੇਡ ਹੋ ਗਿਆ, ਨਹੀਂ ਤਾਂ ਉਹ ਫੇਲੀਅਰ ਬਹੁਤ ਲੰਬਾ ਰਹਿੰਦਾ। ਉਸ ਫੇਲੀਅਰ ਨੂੰ ਕਿਵੇਂ ਕੰਟਰੋਲ ਕਰਨਾ ਹੈ, ਔਰ ਇੱਕ ਐਸੀ ਮੈਂਟਲ ਹੈਲਥ ਕੀ ਬੈਟਰ ਹੋ ਸਕਦਾ, ਕਿਵੇਂ ਅਸੀਂ ਬੈਟਰ ਕਰ ਸਕਦੇ, ਬਿਕੋਜ਼ ਆਪਾਂ ਇੱਕ ਸ਼ੋਸ਼ਾ ਦੇ ਵਿੱਚ ਬਹੁਤ ਸਟਕ ਗਿਆ, ਆਪਾਂ ਇੰਪ੍ਰੈਸ ਕਰਨਾ ਐਕਸਪ੍ਰੈਸ ਨਹੀਂ ਕਰ ਰਹੇ ਹਾਂ। ਸੋ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਇਹ ਲੱਗਦਾ ਕਿ ਯਾਰ ਫੇਲੀਅਰ ਇੱਕ ਪਾਰਟ ਹੈ ਲਾਈਫ ਦਾ, ਮਤਲਬ ਤੁਸੀਂ ਕੋਈ ਵੀ ਬੰਦਾ ਹਮੇਸ਼ਾ ਸਕਸੈਸਫੁਲ ਨਹੀਂ ਹੋ ਸਕਦਾ, ਲਾਈਕ ਇਹ ਜਰਨੀ ਹੈ ਕਿ ਤੁਸੀਂ ਕਿਸੇ ਵੀ ਪ੍ਰੋਜੈਕਟ ਲਾ ਲਓ, ਜੇ ਕੋਈ ਡਾਕਟਰ ਹੈ ਤਾਂ ਉਹ ਸਾਰੇ ਆਪਰੇਸ਼ਨ ਉਹਦੇ ਸਕਸੈਸਫੁਲ ਨਹੀਂ ਹੁੰਦੇ, ਉਸ ਤੋਂ ਵੀ ਗਲਤੀਆਂ ਹੁੰਦੀਆਂ। ਕੋਈ ਕਿਸਾਨ ਹੈ ਉਹਦੀ ਫਸਲ ਵੀ ਸਾਰੀਆਂ ਸਹੀ ਨਹੀਂ ਹੋ ਸਕਦੀਆਂ, ਹਰ ਚੀਜ਼ 'ਚ ਕਿਤੇ ਨਾ ਕਿਤੇ ਬੰਦੇ ਡਿੱਗਦਾ, ਕਿਤੇ ਨਾ ਕਿਤੇ ਬੰਦਾ ਉੱਠਦਾ ਹੈ, ਹਨਾ। ਸੋ ਮੈਨੂੰ ਲੱਗਦਾ ਕਿ ਹਰਜਿੰਦਾ ਇੱਕ ਉਹ ਫਿਲਮ ਸੀਗੀ ਜਿਹਦੇ ਤੋਂ ਸਾਨੂੰ ਬਹੁਤ ਉਮੀਦ ਸੀ, ਅਸੀਂ ਬਹੁਤ ਵਧੀਆ ਕੰਮ ਕੀਤਾ ਸੀਗਾ, ਔਰ ਦੁੱਖ ਸੀਗਾ ਕਿ ਯਾਰ ਬਹੁਤ ਸੈਟਬੈਕ ਸੀਗਾ, ਡਰ ਵੀ ਸੀਗਾ ਕਿ, ਬਟ ਅਸੀਂ ਮੈਨੂੰ ਲੱਗਦਾ ਕਿ ਤੁਸੀਂ ਆਪਣੀ ਉਹਨਾਂ ਚੀਜ਼ਾਂ ਤੋਂ ਸਿੱਖੋ ਔਰ ਉਹਨਾਂ ਤੋਂ ਮੋਟੀਵੇਟ ਹੋ, ਔਰ ਅੱਗੇ ਇੱਕੋ ਹੀ ਆਪਸ਼ਨ ਹੈ ਕਿ ਤੁਸੀਂ ਜਿੰਨਾ ਚਿਰ ਉਸ ਚੀਜ਼ ਨੂੰ ਛੱਡ ਕੇ ਅੱਗੇ ਨਹੀਂ ਵਧੋਗੇ ਤੇ ਉਸ ਤੋਂ ਨਿਕਲਣ ਦਾ ਹੋਰ ਕੋਈ ਤਰੀਕਾ ਨਹੀਂ ਤੁਸੀਂ, ਕਿਉਂਕਿ ਮੈਂ ਐਮੀ ਨੇ ਮੇਰਾ ਮੈਸੇਜ ਸ਼ੇਅਰ ਕੀਤਾ ਸੀ, ਬਹੁਤ ਵਾਇਰਲ ਵੀ ਹੋਇਆ, ਹਨਾ। ਉਹਦੇ 'ਚ ਮੈਂ ਇੱਕ ਗੱਲ ਲਿਖੀ ਸੀਗੀ ਕਿ ਇਹ ਕਿਉਂ ਹੋਇਆ, ਉਸ ਕਿਉਂ ਦਾ ਜਵਾਬ ਸਾਨੂੰ ਮਿਲਣਾ ਨਹੀਂ, ਸੋ ਤੁਸੀਂ ਉਹਨੂੰ ਛੱਡੋ ਔਰ ਅੱਗੇ ਚੱਲੋ, ਹਨਾ। ਸੋ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਕਿਤੇ ਡਿੱਗਦੇ ਹੋ ਲਾਈਫ 'ਚ ਜਾਂ ਕੁਛ ਹੈ ਤਾਂ ਉਸ ਪੁਆਇੰਟ ਨੂੰ ਛੱਡ ਦਿਓ। ਸਪੋਰਟ ਗੁੱਡ ਸਿਨੇਮਾ, ਕਿਉਂਕਿ ਸਿਨੇਮਾ ਸਿਰਫ ਮਨੋਰੰਜਨ ਦੇ ਲਈ ਨਹੀਂ ਆ, ਸਿਨੇਮਾ ਇਜ਼ ਆਈ ਥਿੰਕ ਐਵਰੀਥਿੰਗ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪੰਜਾਬੀ ਫਿਲਮ ਪੋਡਕਾਸਟ ਪਸੰਦ ਆਇਆ ਹੋਵੇਗਾ। ਇਸੇ ਦੇ ਨਾਲ ਅਮੀਰਨ ਵਰਲਡ ਤੇ ਜਲਦ ਆ ਰਿਹਾ ਹੈ ਨਵਾਂ ਪੰਜਾਬੀ ਟਾਕ ਸ਼ੋਅ, ਜਿਸ ਦੇ ਵਿੱਚ ਤੁਹਾਡੇ ਫੇਵਰੇਟ ਸੈਲੀਬ੍ਰਿਟੀਜ਼ ਸਿਨੇਮਾ ਦੀਆਂ ਬਹੁਤ ਸਾਰੀਆਂ ਗੱਲਾਂ ਲੈ ਕੇ ਆ ਰਹੇ ਨੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ, ਤੇ ਨਾਲ ਹੀ ਨਾਲ ਬਾਕੀ ਹੋਰ ਵੀਡੀਓਜ਼ ਦੇ ਲਈ ਵੇਖਦੇ ਰਹੋ ਅਮੀਰਨ ਵਰਲਡ। ਸਤਿ ਸ਼੍ਰੀ ਅਕਾਲ।